ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਪਿੰਡ ਘੋਲੀਆ ਖੁਰਦ ਦੇ ਇੱਕ ਕਾਂਗਰਸੀ ਨੇਤਾ ਸਮੇਤ ਕਈ ਵਿਅਕਤੀਆਂ ਦੇ ਖਿਲਾਫ ਦਰਜ ਹੋਏ ਇੱਕ ਪਰਚੇ ਦੇ ਖਿਲਾਫ ਪਿੰਡ ਘੋਲੀਆ ਖੁਰਦ ਵਾਸੀਆਂ ਨੇ ਖੱਬੇ ਪੱਖੀ ਧਿਰਾਂ ਦੇ ਨਾਲ ਮਿਲ ਕੇ ਥਾਣਾ ਨਿਹਾਲ ਸਿੰਘ ਵਾਲਾ ਦੇ ਗੇਟ ਅੱਗੇ ਰੋਸ ਧਰਨਾ ਲਗਾ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਨੇਤਾ ਗੁਰਸੇਵਕ ਸਿੰਘ ਬਿੱਟੂ ਅਤੇ ਹਰਪ੍ਰੀਤ ਸਿੰਘ ਲਵਲੀ ਨੇ ਦੱਸਿਆ ਕਿ ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਨੇ ਪਿੰਡ ਘੋਲੀਆ ਖੁਰਦ ਦੇ ਵਿੱਚ ਇੱਕ ਜ਼ਮੀਨੀ ਝਗੜੇ ਸੰਬੰਧੀ ਕੁਝ ਵਿਅਕਤੀਆਂ ਤੇ ਸਰਾਸਰ ਝੂਠਾ ਪਰਚਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਜਿਹੜੇ ਵਿਅਕਤੀ ਝਗੜੇ ਮੌਕੇ ਪਿੰਡ ਦੇ ਵਿੱਚ ਮੌਜੂਦ ਨਹੀਂ ਸਨ ਉਹਨਾਂ ਲੋਕਾਂ ਨੂੰ ਵੀ ਪਰਚੇ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਰਚਾ ਕੈਂਸਲ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ SSP ਦਫ਼ਤਰ ਤੱਕ ਲਿਜਾਇਆ ਜਾਵੇਗਾ। ਇਸ ਮਾਮਲੇ ਸੰਬੰਧੀ ਜਦੋਂ SHO ਨਿਹਾਲ ਸਿੰਘ ਵਾਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਪਿੰਡ ਵਾਸੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕਾਨੂੰਨ ਮੁਤਾਬਕ ਹੀ ਸਾਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਮੁੱਖ ਮਕਸਦ ਹੈਗਾ ਜੀ, ਇਹ ਬੇਇਨਸਾਫੀ ਹੈ। ਪਿਛਲੇ ਸਮੇਂ ਸਾਡੇ ਪਿੰਡ ਘੋਲੀਆ ਖੁਰਦ ਦੇ ਵਿੱਚ ਇੱਕ ਜ਼ਮੀਨੀ ਝਗੜਾ ਹੋਇਆ ਸੀ, ਜਿਹਦੇ ਵਿੱਚ ਗੁਰਦੇਵ ਸਿੰਘ ਅਤੇ ਆਪਣਾ ਦੂਜੇ ਪਾਸੇ ਗੁਰਜਾਤ ਸਿੰਘ ਸੀਗੇ। ਗੁਰਦੇਵ ਸਿੰਘ ਦੀ ਪੈੜੀ 'ਤੇ ਕਬਜ਼ਾ ਕਰਨ ਦੇ ਆਪਣਾ ਇਰਾਦੇ ਨਾਲ ਗੁਰਜੰਤ ਸਿੰਘ ਦੇ ਬੰਦੇ ਭੇਜ ਕੇ ਅਤੇ ਉਹਦੇ ਸੱਟਾਂ ਮਾਰੀਆਂ ਜਾ ਕੇ ਉੱਥੇ ਉਹਦੇ ਗੇਟ ਦੇ ਵਿੱਚ ਉਹਨੂੰ ਗੁਰਦੇਵ ਸਿੰਘ ਨੂੰ ਉਸ ਪੈੜੀ 'ਤੇ ਸਿਹਤ ਵੀ ਹੋਇਆ, ਉਹਦੇ ਹੱਥ 'ਚ ਹੋਇਆ ਵਾ। ਅਤੇ ਉਸ ਟਾਈਮ ਹਾਜ਼ਰ ਬੰਦਿਆਂ ਵਿੱਚ ਜਿਹੜੇ ਸਾਨੂੰ ਲੋਕਾਂ ਨੇ ਦੱਸਿਆ ਵੀ ਇਕੱਲਾ ਗੁਰਦੇਵ ਸਿੰਘ, ਉਹਦੇ ਬਾਪ, ਉਹਦੇ ਨਰਿੰਦਰ ਸਿੰਘ ਅਤੇ ਇੱਕ ਲੜਕੀ ਅਤੇ ਦੋ ਕੋਈ ਬੱਚੇ ਹੋਰ ਸੀਗੇ ਜਿਹੜੇ ਉਹਨਾਂ ਨੂੰ ਜਦੋਂ ਮਾਰਨ ਪੈ ਗਏ ਦਾਵਾਂ ਨਾਲ ਗੜਾਤਿਆਂ ਨਾਲ ਅਤੇ ਉਹਨਾਂ ਨੂੰ ਛੁਡਾਉਣਗੇ ਉਹਨਾਂ ਦੇ ਵੀ ਸੱਟਾਂ ਮਾਰੀਆਂ। ਪਰ ਇਹ ਉਹਨਾਂ ਨੂੰ ਦਾਖਲ ਕਰਾਇਆ ਗਿਆ ਮੋਗਾ ਹਸਪਤਾਲ ਦੇ ਵਿੱਚ ਅਤੇ ਕਿਸੇ ਨੇ ਉਹਨਾਂ ਦੀ ਅਸੀਂ ਕੋਸ਼ਿਸ਼ ਕਰਕੇ ਪਹਿਲਾਂ ਤਾਂ ਬਿਆਨ ਦਵਾਉਣ ਦੀ ਕੋਸ਼ਿਸ਼ ਕੀਤੀ ਵੀ ਬਿਆਨ ਤਾਂ ਲਏ ਜਾਣ, ਸਾਡੇ ਬਿਆਨ ਵੀ ਲੈਣ ਨਹੀਂ ਕੋਈ ਆਉਂਦਾ ਸੀ। ਚਲੋ ਬਿਆਨ ਕਰਾਏ ਗਏ, ਦਰਸ਼ਨ ਸਿੰਘ ਸੀਗੇ ਬਿਆਨ ਲੈ ਕੇ ਆਏ ਉੱਥੋਂ, ਉਸ ਤੋਂ ਬਾਅਦ ਬਿਆਨ ਕਰਨ ਤੋਂ ਬਾਅਦ ਦੂਜੀ ਧਰ ਨੇ ਬਿਆਨ ਵੀ ਨਹੀਂ ਦਿੱਤੇ, ਉਸ ਟਾਈਮ ਦੇ ਦਾਖਲ ਵੀ ਬਾਅਦ ਹੋਏ ਉਹ। ਦੂਜੇ ਦਿਨ ਉਹਨਾਂ ਦੇ ਬਿਆਨ ਲੈ ਕੇ ਪਰਚਾ ਉਹਨਾਂ ਦੂਜੀ ਧਰ ਵੱਲੋਂ ਅੰਗਰੇਜ਼ ਸਿੰਘ ਵੱਲੋਂ ਦਰਜ ਕਰਤਾ, ਜਿਹਦੇ ਵਿੱਚ ਪੰਚਾਇਤ ਦੇ ਨੁਮਾਇੰਦੇ ਵੀ ਉਹਨਾਂ ਨੇ ਦਰਜ ਕਰਤੇ, ਮੇਰਾ ਨਾਮ ਗੁਰਦੇਵ ਸਿੰਘ ਹੈ ਉਹ ਵੀ ਦਰਜ ਕਰਤਾ, ਮੇਰੀ ਕਾਰ ਹੈ ਜਿਹੜੀ ਹੋਂਡਾ ਮੇਜ ਆ ਉਹ ਵੀ ਦਰਜ ਕਰਤੀ ਵੀ ਗੁਰਦੇਵ ਸਿੰਘ ਬਿੱਟੂ ਆ ਕੇ ਲਾਗਰੇ ਮਾਰੇ ਆ ਆਪ ਸ਼ਬਦ ਬੋਲੇ ਆ, ਮੇਰੀ ਕਾਰ ਆ ਜੀ ਅੱਜ ਵੀ ਹੋਂਡਾ ਏਜੰਸੀ ਖੜੀ ਹੈ ਉਹ ਪਿਛਲੇ 50-70 ਦਿਨਾਂ ਤੋਂ ਉੱਥੇ ਆ, ਉਹਨਾਂ ਨੂੰ ਕਾਰ ਹੈ ਅਤੇ ਅਸੀਂ ਵੀ ਉਸ ਤਰ੍ਹਾਂ ਸਾਡੇ ਪਿੰਡ ਕੁਛ ਝਗੜੇ ਸੀਗੇ ਜਿਹਨਾਂ ਨੂੰ ਅਸੀਂ ਰਾਜ਼ੀਨਾਮਾ ਕਰਾ ਰਹੇ ਸੀਗੇ ਸਾਡੀ ਪੰਚਾਇਤ ਜੀ ਮੇਰੇ ਨਾਲ ਆਪ ਵੀ ਤਲੰਬੀ ਸਰਪੰਚ ਆ, ਅਸੀਂ ਹੋਰ ਵੀ ਉੱਪਰ ਜਾਏ ਅਸੀਂ ਉੱਥੇ ਸੀ, ਪਰ ਬਹੁਤ ਜ਼ਿਆਦਾ ਧੱਕਾ ਕੀਤਾ ਪ੍ਰਸ਼ਾਸਨ ਨੇ, ਅਸੀਂ ਇਨਸਾਫ ਚਾਹੁੰਦੇ ਹਾਂ ਜੇ ਇਨਸਾਫ ਨਾ ਮਿਲਿਆ ਇਹ ਧਰਨੇ ਨੂੰ ਅਸੀਂ ਇੱਕ ਵੱਡਾ ਰੁੱਖ ਦੇਵਾਂਗੇ। ਇਸ ਤੋਂ ਬਾਅਦ ਇਹ ਧਰਨਾ ਇੱਥੋਂ ਉੱਠ ਕੇ SSP ਦਫ਼ਤਰ ਮੋਗੇ ਦਾ ਜਿੱਥੇ ਵੀ ਸਾਨੂੰ ਜਾਣਾ ਪਿਆ, ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਤੇ ਪਰਚਾ ਰੱਦ ਨਹੀਂ ਹੁੰਦਾ ਅਸੀਂ ਉਸ ਆਪਦਾ ਇਹਨੂੰ ਵਿਸ਼ਰਾਮ ਨਹੀਂ ਦੇਵਾਂਗੇ। ਅਸੀਂ ਗੱਲ ਕੀਤੀ SHO ਸਾਹਿਬ ਨੇ, ਉਹ ਸਾਨੂੰ ਇੱਥੋਂ ਤੱਕ ਕਿ SHO ਸਾਹਿਬ ਦਾ ਇੱਡਾ ਮਾੜਾ ਰਵੱਈਆ ਰਿਹਾ, ਉਹਨਾਂ ਨੇ ਆਪਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਇੰਨਾ ਰੋਕਤਾ ਸੀ ਕਿ ਤੁਸੀਂ ਘੋਲੀਏ ਫੁੱਟ ਦੇ ਕਿਸੇ ਬੰਦੇ ਨਾਲ ਗੱਲ ਹੀ ਨਹੀਂ ਕਰਨੀ, ਤੁਸੀਂ ਗੱਲ ਨਹੀਂ ਠੀਕ ਕਰਨੀ, ਇੰਨਾ ਉਹਨਾਂ ਨੇ ਜ਼ਿਆਦਾ ਦਬਾਅ ਬਣਾਤਾ ਸੀਗਾ ਪਰਦੇ ਨਾਲ ਭਰੋਸੇ 'ਚ ਬੰਦਿਆਂ ਨੂੰ ਲਈ ਗਏ ਅਤੇ ਫਿਰ ਜਾ ਕੇ ਧੱਕੇ ਨਾਲ ਪਰਚਾ ਦਰਜ ਕੀਤਾ। ਪੱਖ ਪੱਖ ਕਰਨ ਦਾ ਮਤਲਬ ਇੱਕ ਹੋਰ ਵੀ ਕਾਰਨ ਦੱਸਦਾ ਕਿ ਜਦੋਂ ਪਹਿਲਾਂ ਗੁਰਦੇਵ ਸਿੰਘ ਦੇ ਪਰਚਾ ਵਿੱਚ ਝੂਠਾ ਦਰਜ ਕੀਤਾ ਉਹਦੇ ਵੀ ਦੋ ਮੁੰਡੇ ਇੱਕ ਮਨਾਲੀ ਗਿਆ ਵਾ ਸੀ ਜਸਪ੍ਰੀਤ ਸਿੰਘ ਇੱਕ ਰਣਜੀਤ ਸਿੰਘ ਬੂਟਾ ਸਿੰਘ ਦੇ ਕੇਸ ਦੀ ਕਦਰ ਕਰਦਾ, ਦੋ ਬੰਦਿਆਂ ਦੇ ਨੱਕੇ ਇਹਨਾਂ ਦੇ ਨਾਮ ਪਾਤੇ ਉਹਦੀ ਵੀ ਲਗਵਾਰੀ ਲਵਾਈ ਗਈ ਆ ਜੀ। ਚਲੋ ਗੁਰਦੇਵ ਸਿੰਘ ਨੇ ਪਹਿਲੀ ਵਾਰੀ ਉਹਦਾ ਰੌਲਾ ਹੋਊਗਾ ਜੀ, ਪਰ ਮੇਨ ਚੀਜ਼ ਆ ਜਿਹੜੀ ਨੱਕੇ ਬੰਦੇ
ਦਾਤੀ ਕਰਾਇਆ ਉਹਦੇ ਕਰਕੇ ਇਹ ਲੜਕੀਆਂ ਨੂੰ ਜਿਹੜੀ ਗੁਰਦੇਵ ਸਿੰਘ ਦੀ ਭੈਣ ਉਹਨਾਂ ਨੂੰ ਫੜ ਕੇ ਲਿਆਉਂਦੇ ਸੀ। ਮੈਂ ਉਹਦਾ ਵਿਰੋਧ ਕਰਦਾ ਸੀਗਾ ਵੀ ਆਪਾਂ ਇਹਨੂੰ ਨਹੀਂ ਜਾਣ ਦੇਣਾ, ਲੜਕੀ ਨੂੰ ਨਹੀਂ ਫੜ ਸਕਦੇ ਸੀ ਅਤੇ ਮੁਕੱਦਮਾ ਉਹ ਜ਼ਮੀਨ ਦੇ ਉੱਪਰ ਜਿਹੜਾ ਹੈਗਾ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਹੈ ਕਾਮਰੇਡ ਨਿਰੰਜਨ ਸਿੰਘ ਹੋਰਾਂ ਦੀ। ਉਹਨਾਂ ਦੇ ਧਰਮ ਪਤਨੀ ਮੁਖਤਿਆਰ ਤੌਰ ਦੇ ਨਾਂ ਤੇ ਜ਼ਮੀਨ ਹੈ, ਕੁਛ ਉਹਨਾਂ ਦੇ ਕਾਮਰੇਡ ਨਿਰੰਜਨ ਸਿੰਘ ਦੇ ਨਾਂ ਤੇ ਜ਼ਮੀਨ ਹੈ, ਉਹਨਾਂ ਦਾ ਝੋਨਾ ਲਾਇਆ ਹੋ ਸੀਗਾ। ਜਦੋਂ ਉਹ ਝੋਨਾ ਲਾਇਆ ਉਦੋਂ ਪੁਲਿਸ ਨੇ ਪਹਿਲਾਂ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਤੀ, ਉਹਨਾਂ ਦਾ ਹੀ ਲਿਫਾਫਾ ਚੱਕ ਕੇ ਜਿਹੜਾ ਉਹਨਾਂ ਦੇ ਉੱਤੇ ਚੋਰੀ ਦਾ ਪਰਚਾ ਪਾ ਦਿੱਤਾ। ਉਹਨਾਂ ਦੀਆਂ ਚਲੋ ਉਹ ਅਦਾਲਤ 'ਚ ਗਏ, ਸੈਸ਼ਨ ਕੋਰਟ, ਉਹਨਾਂ ਨੇ ਜ਼ਮਾਨਤਾਂ ਮਿਲ ਗਈਆਂ, ਉਹਨਾਂ ਅਰੈਸਟ ਸਟੇਅ ਹੋ ਗਿਆ। ਜਦੋਂ ਅਰੈਸਟ ਸਟੇਅ ਹੋ ਗਿਆ ਤਾਂ ਇੱਥੇ ਸ਼ਾਮ ਤੁਸੀਂ ਜੋ ਆਏ ਕਿ ਨਾਲ ਮੋਹਰ ਹੁੰਦੇ ਮੈਂਬਰ ਪੰਚਾਇਤ ਹੋਰ ਵੀ ਸੀਗੇ, 10 ਵਜੇ ਦੇ ਕਰੀਬ ਇੱਥੇ ਆ ਗਏ। ਇੱਥੇ ਐਸ ਐਚ ਓ ਜਿਹੜਾ ਜਦੋਂ ਪਹਿਲਾਂ ਤਾਂ ਸ਼ਾਮ ਤੋਂ ਤੀਜੇ ਕਰਦੇ ਸੀ, ਜਦੋਂ ਐਸ ਐਚ ਓ ਨੂੰ ਮੁਲਾਜ਼ਮਾਂ ਨੇ ਬੁਲਾਇਆ ਤਾਂ ਐਸ ਐਚ ਓ ਇਹ ਗੱਲ ਕਹਿੰਦਾ ਸੀ ਵੀ ਪਹਿਲਾਂ ਲਿਖਤੀ ਰੂਪ 'ਚ ਇੱਥੇ ਤੁਸੀਂ ਲਿਖ ਕੇ ਦਿਓ ਕਿ ਅਸੀਂ ਜ਼ਮੀਨ ਦਾ ਜਿਹੜਾ ਹੈਗਾ ਕਬਜ਼ਾ ਉਹ ਛੱਡਿਆ ਅਤੇ ਫਿਰ ਮੈਂ ਸ਼ਾਮ ਤੋਂ ਤੀਜ ਕਰੂੰਗਾ। ਉਹ ਬੈਠੇ ਰਹੇ, ਫੋਨ ਗਿਆ, ਮੈਂ ਕਿਹਾ ਤੁਸੀਂ ਬੈਠੇ ਰਹੋ, ਸ਼ਾਮ ਤੱਕ ਬੈਠੇ ਰਹੋ। ਸ਼ਾਮ ਨੂੰ 6 ਵਜੇ ਐਸ ਐਚ ਓ ਨੇ ਰੱਖ ਪਾਈ ਵੀ ਸ਼ਾਮ ਤੋਂ ਤੀਜ ਕੀਤਾ, ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ। ਉਸ ਤੋਂ ਬਾਅਦ 'ਚ ਐਸ ਐਚ ਓ ਨੇ ਸ਼ਹਿਰ ਦੇ ਕੇ ਦੁਬਾਰਾ ਜਿਹੜੀ ਦੂਜੀ ਤਰਫ ਸੀ ਉਹਨਾਂ ਨੂੰ 3 ਟਰੈਕਟਰ ਲੈ ਕੇ ਗਏ ਗੱਡੀਆਂ ਦੇ ਉੱਤੇ, ਤਕਰੀਬਨ 3-4 ਹੀ ਗੱਡੀਆਂ ਸੀ, ਮੋਟਰਸਾਈਕਲ ਸੀ, ਤਕਰੀਬਨ 45-50 ਬੰਦੇ ਹਮਲਾਵਰ ਹੋ ਗਏ। ਜਿਹੜਾ ਉਹ ਸੀ ਸੀ ਟੀ ਵੀ ਫੁਟੇਜ ਹੈਗੀ ਡੇਲੀ ਪੋਸਟ 'ਤੇ, ਉਹ ਵੀਡੀਓ ਵੀ ਵਾਇਰਲ ਹੋਈ ਆ, ਸਾਰਾ ਕੁੱਕਰ ਮਾਰ ਕਰਦੇ ਉਹ। ਤਕਰੀਬਨ 3 ਮੈਂਬਰ ਪਰਿਵਾਰ ਦੇ ਅਤੇ 2 ਜਣੇ ਛਡਾਉਣ ਗਏ ਸੀ ਉਹਨਾਂ ਦੇ, ਸਾਰਿਆਂ ਦੇ ਉਹਨਾਂ ਨੇ ਸੱਟਾਂ ਲਾਇਆ, ਉਹ ਸਾਰਾ ਕੁਛ ਉਹ ਵੀਡੀਓ ਦੇ ਵਿੱਚ ਦੇਖ ਰਿਹਾ। ਅਤੇ ਜਿਸ ਦਿਨ ਇਹ ਘਟਨਾ ਹੋਈ ਉਸੇ ਦਿਨ ਹੀ ਕੋਈ ਥਾਣੇਦਾਰ ਆਪਣਾ ਦਰਸ਼ਨ ਸਿੰਘ ਇੱਥੇ, ਉਹ ਬਿਆਨ ਲੈਣ ਚੱਲਿਆ ਗਿਆ। ਬਿਆਨ ਲੈਣ ਲੱਗਿਆ ਉਹ, ਜਦੋਂ ਉਹ ਇੱਕ ਲਾਈਨ ਬਿਆਨ ਦੀ ਲਿਖਾਉਂਦਾ ਸੀ ਅਤੇ ਬਾਹਰ ਆ ਕੇ ਫੋਨ 'ਤੇ ਗੱਲ ਕਰਦਾ ਸੀ, ਪਤਾ ਨਹੀਂ ਕਿਹਦੇ ਨਾਲ ਕਰਦਾ ਸੀ। ਫਿਰ ਉੱਥੋਂ ਇੰਨਾ ਲੰਬਾ ਸਮਾਂ ਬਿਆਨ ਚੱਲੀ ਗਿਆ ਅਤੇ ਉੱਥੇ ਜਿਹੜੇ ਮੁੰਡੇ ਸੀ ਉਹਨਾਂ ਦੇ ਵੀ ਆਏ ਬਿਆਨ ਦੇ ਹਿਸਾਬ ਨਾਲ ਤਾਂ ਸਾਰੀ ਰਾਤ ਚੱਲੀ ਜਾਊਗਾ। ਫਿਰ ਜਦੋਂ ਥੋੜ੍ਹਾ ਬਹੁਤਾ ਤਲਕ ਕਲਾਮੀ ਹੋਈ ਤਾਂ ਉਹਨੇ ਫੋਨ ਜਿਹੜਾ ਸੀਗਾ ਲੱਗਿਆ ਹੋਇਆ ਸੀ ਹੋਲਡ ਫੋਨ 'ਤੇ ਰੱਖ ਕੇ, ਉਹਨੇ ਗੁਰਦੇਵ ਸਿੰਘ ਦਾ ਬਿਆਨ ਦਿੱਤਾ। ਉਸ ਤੋਂ ਬਾਅਦ 'ਚ ਕੀ ਹੁੰਦਾ, ਰਾਤ ਨੂੰ ਉਹ ਤਕਰੀਬਨ 10:30-11 ਵਜੇ ਉੱਥੋਂ ਜਿਨ੍ਹਾਂ ਦੇ 5 ਜਣੇ ਦੇ ਸੱਟਾਂ ਵੱਜੀਆਂ ਉਹਨਾਂ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਤੋਂ ਕਾਰਵਾਈ ਨਹੀਂ ਕਰਦੀ। ਅੰਗਰੇਜ਼ ਸਿੰਘ ਦੇ ਬਿਆਨ ਦੇ ਆਧਾਰ 'ਤੇ 15-20 ਬੰਦਿਆਂ ਦੇ 22 ਦੇ 15 ਦੇ ਛਾਤਿਆਂ ਦੇ ਪਰਚਾ ਦਰਜ ਹੋਏ ਅਤੇ ਜਿਹੜੀ ਇਹਨਾਂ ਦੀ ਰਾਬਟ ਆ ਉਹ ਕੱਲ੍ਹ ਪੁਲਿਸ ਰਾਬਟ ਪਾਉਂਦੀ ਆ। ਮਤਲਬ ਕੀ ਹੈ, ਐਸ ਐਚ ਓ ਨੰਗਾ ਚਿੱਟਾ ਜਿਹੜਾ ਹੈਗਾ ਉਹ ਆਪਣਾ ਗੁਨਾਹਗਾਰਾਂ ਦੇ ਨਾਲ ਉਹਨਾਂ ਦੀ ਪਿੱਠ 'ਤੇ ਆ ਕੇ ਖੜ ਗਿਆ, ਪਤਾ ਨਹੀਂ ਕੀ ਮਜ਼ਬੂਰੀ ਤੋਂ ਧੱਕਾ ਆਉਂਦਾ ਇੱਥੇ ਐਸ ਐਚ ਓ ਕੋਲ ਆ ਕੇ ਥਾਣੇ ਦਰਬਾਰੇ ਆ ਕੇ ਅਗਲਾ ਦਰਖਾਸਤ ਕਰ। ਜਦੋਂ ਇਹ ਨੰਗੀ ਚਿੱਟੀ ਹੋ ਕੇ ਉਹਨਾਂ ਦੀ ਮਦਦ 'ਤੇ ਆ ਗਿਆ ਇਹ, ਕਿ ਪ੍ਰਸ਼ਾਸਨ ਦੇ ਜਿਹੜਾ ਹੈਗਾ ਵੀ ਕੰਨ ਖੁੱਲ੍ਹ ਜਾਣ, ਅੱਖਾਂ ਖੁੱਲ੍ਹ ਜਾਣ, ਇਹ ਧਰਨਾ ਇਸ ਸੰਬੰਧ 'ਤੇ ਲਾਇਆ ਜਿਹੜੀ ਗਲਤ ਐਫ ਆਈ ਆਰ ਦਰਜ ਕੀਤੀ ਆ। ਜੇ ਕੋਈ ਬੰਦਾ ਬਹੁਤ ਵਾਰ ਬੰਦਾ ਕੋਈ ਪਿੰਡ ਦਾ ਸਰਪੰਚ ਆ, ਕੋਈ ਮੈਂਬਰ ਆ ਜਾਂ ਕੋਈ ਹੋਰ ਸਮਾਜ ਦੇ ਵੀ ਆ, ਉਹਨਾਂ ਦੇ ਨਾਲ ਥੋਕ ਕੇ ਐਫ ਆਈ ਆਰ ਦੇ ਵਿੱਚ ਪਾਉਣ ਲੱਗ ਗਏ, ਇਸ ਕਿਵੇਂ ਚੱਲੂਗਾ। ਇੱਕ ਮੁੰਡਾ ਚੰਡੀਗੜ੍ਹ ਬੈਠਾ, ਉਹਨੂੰ 3 ਮਹੀਨਾ ਹੋ ਗਿਆ ਚੰਡੀਗੜ੍ਹ ਬੈਠਾ, ਉਹਦਾ ਨਾਂ ਪਤਾ ਇਹਨਾਂ ਨੇ। ਇੱਕ ਗੱਡੀ ਇਹੋ ਜਿਹੀ, ਮਤਲਬ ਜਿਹੜੀ 6 ਦਿਨ ਹੋ ਗਏ ਗੱਡੀ ਏਜੰਸੀ ਦੇ ਵਿੱਚ ਖੜੀ ਆ, ਅਸੀਂ ਇਹਦੇ 'ਤੇ ਹਮਲਾਵਰ ਹੋ ਕੇ ਆ ਗਏ ਆਏ ਲਲਕਾਰੇ ਮਾਰੇ, ਐਲੀਗੇਸ਼ਨ ਕੱਢ ਲਓ। ਉਸ ਦਿਨ ਉੱਥੇ ਗਈ ਹੋਵੇ ਗੱਡੀ ਉਹ, ਮੈਂ ਨਾ ਜੋ ਮਰਜ਼ੀ ਸਜ਼ਾ ਦੇ ਦਿਓ, ਸਾਰੇ ਝੂਠਾ ਪਰਚਾ ਦਰਜ ਕਰਤਾ ਇਹਨਾਂ ਨੇ, ਪਤਾ ਨਹੀਂ ਐਸ ਐਚ ਓ ਦੀ ਇਹਦੇ 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 ਅੱਖਾਂ 'ਤੇ ਇਹਦੇ ਖੋਪੇ ਚੜ੍ਹੇ ਨੇ, ਕੀ ਹੋਇਆ ਪਤਾ ਨਹੀਂ, ਕੀ ਇਹਨੂੰ ਸਮਝ ਨਹੀਂ ਆਉਂਦੀ ਕਿ ਇਸ ਨੂੰ ਵੀ ਕਾਹਦਾ ਹੰਕਾਰ ਹੈ ਇਹਨੂੰ।
ਤੁਸੀਂ ਪਰਚੇ ਦੀ ਗੱਲ ਕਰਦੇ ਹੋ ਕਿ ਇੱਕ ਧਰ ਦਾ ਕੀਤਾ ਸੀ SHO ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਕ੍ਰੋਸ ਪਰਚਾ ਕ੍ਰੋਸ ਪਰਚਾ ਇੱਕ ਮਿੰਟ ਮੈਂ ਇਹੀ ਗੱਲ ਕਰਦਾ ਜਿਹਦੇ ਬਿਆਨ ਪਹਿਲਾਂ ਹੋਇਆ ਜਿਹਨਾਂ ਦੇ 5 ਇੰਜਣ ਹੋਇਆ ਪਰਚਾ ਉਹਨਾਂ ਲਈ ਹੋਣਾ ਚਾਹੀਦਾ ਕਿ ਜਿਹੜਾ ਇੱਕ ਬੰਦਾ ਦਾਖਲ ਹੋਇਆ ਉਹਦੇ ਲਈ ਉਹ ਪਰਚਾ ਦਰਜ ਹੋਣਾ ਚਾਹੀਦਾ ਇਹ ਨਾ ਇਹ ਗੁੰਮਰਾਹ ਕਰ ਰਿਹਾ ਸਾਰਾ ਕੁਛ ਇਹ ਸਾਰਾ ਕੁਛ ਗੁੰਮਰਾਹ ਕਰ ਰਿਹਾ SHO ਇਹ ਥੱਲੇ ਤੋਂ ਲੈ ਕੇ ਉੱਪਰ ਅਫਸਰਾਂ ਤੱਕ ਵੀ ਮੈਂ ਤੁਹਾਡੇ ਜ਼ਰੀਏ ਇਹ ਕਹਿਣਾ ਚਾਹੁੰਦਾ ਇਹਨੂੰ ਉੱਪਰਲੇ ਅਫਸਰਾਂ ਨੂੰ SSP ਸਾਹਿਬ ਬਾਜਵਾ ਸਾਹਿਬ ਅਸੀਂ ਸੁਣਿਆ ਸੀ ਵੀ ਬਹੁਤ ਇਮਾਨਦਾਰ ਬੰਦੇ ਆ ਇਹੋ ਜਿਹੀ ਇਮਾਨਦਾਰੀ ਰਗੜ ਕੇ ਫੋੜੇ ਤੇ ਲਾਉਣੀ ਹੈ ਜੇ ਉਹਨਾਂ ਦੇ SHO ਏਡੇ ਗੁਨਾਹਗਾਰਾਂ ਦਾ ਸਾਥ ਦੇਈ ਜਾਂਦਾ ਮੈਂ ਚਾਹੁੰਦਾ ਕਿ ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ SSP ਸਾਹਿਬ ਨੂੰ ਜੇ ਇਹ ਗੱਲ ਪ੍ਰਸ਼ਾਸਨ ਨੇ ਇਨਸਾਫ਼ ਨਾ ਦਿੱਤਾ ਗਲਤ FIR ਦਰਜ ਜਿਹੜੀ ਕੀਤੀ ਉਹ ਨਾ ਰੱਦ ਕੀਤੀ ਤੇ ਇਹ ਜਿਹੜਾ ਹੈਗਾ ਧਰਨਾ ਕੱਲ ਨੂੰ ਇਦੋਂ ਕਿਤੇ ਵੱਡੀ ਗਿਣਤੀ ਦੇ ਵਿੱਚ SSP ਸਾਹਿਬ ਦੇ ਬਾਰਸ ਹੋਊਗਾ ਮੈਂ ਤੁਹਾਡੇ ਜਿਹੜੀ ਇਹ ਕਹਿਣਾ ਚਾਹੁੰਦਾ ਜੇ ਕੋਈ ਤੁਹਾਡਾ ਸਵਾਲ ਹੈ ਤਾਂ ਮੈਨੂੰ ਪੁੱਛ ਸਕਦੇ ਠੀਕ ਹੈ ਬਿੱਟੂ ਦੀ ਬਾਈਟ ਕਰਨੀ ਅੱਗੇ ਉਹਦੇ ਦਾ ਮਸਲਾ ਜੀ ਇਹ 15/7/19 ਨੂੰ ਜੀ FIR ਨੰਬਰ 114 ਅੰਡਰ ਸੈਕਸ਼ਨ 23-23-24-143-49 ITC ਅੰਗਰੇਜ਼ ਸਿੰਘ ਪੁੱਤਰ ਜਗਰਾਜ ਸਿੰਘ ਦੇ ਬਿਆਨ 'ਤੇ ਦਰਜ ਹੋਈ ਹੈ ਜਿਸ ਵਿੱਚ 14 ਦੇ ਕਰੀਬ ਮਾਈ ਨੇਮ ਜਫਬਰ ਅਣ ਪਛਾਤੇ ਆ ਸੇਮ ਇਸ ਕ੍ਰੋਸ ਗੁਰਦੇਵ ਸਿੰਘ ਪੁੱਤਰ ਨਰਿੰਦਰ ਸਿੰਘ ਦੇ ਬਿਆਨ 'ਤੇ ਕ੍ਰੋਸ ਰਫਤ ਪਾਈ ਗਈ ਹੈ ਜਿਹਦੇ ਵਿੱਚ ਕਰੀਬ 16 ਬੰਦੇ ਮਾਈ ਨੇਮ ਅਤੇ 25 ਅਣ ਪਛਾਤੇ ਨੇ ਇਹ 22/17 ਮਰਲੇ ਦੀ ਜਗ੍ਹਾ ਦਾ ਰੌਲਾ ਜੀ ਉਹਨਾਂ ਨੇ ਪਾਰਟੀਆਂ ਆਪਣਾ ਆਪਣਾ ਦਾਵਾ ਕਰਦੀਆਂ ਜੀ ਇਸ ਸੰਬੰਧੀ ਅਸੀਂ ਕੇਸ ਰਜਿਸਟਰ ਕਰਤਾ ਜੀ 23-4 ਆ ਜੋ ਫਿਰ ਸਾਹਮਣੇ ਆਉਣਗੇ ਕਰਨੀ ਆਉਣੀ ਚਾਹੀਦੀ ਧਰਨਾ ਦੇਣ ਦਾ ਕੀ ਕਾਰਨ ਹੋਇਆ ਲੋਕਾਂ ਦਾ ਧਰਨਾ ਇਹ ਪਾਰਟੀ ਕਹਿ ਰਹੀ ਆ ਵੀ ਸਾਡੇ ਬਿਆਨ 'ਤੇ FIR ਨਹੀਂ ਕੀਤੀ ਪਰ ਉਹ ਪਰਚਾ ਸੇਮ ਹੀ ਆ ਪਰੋਸ ਉਹ ਕਬਜ਼ਾ ਉਹਨਾਂ ਕੋਲ ਆ ਦੂਸਰੀ ਪਾਰਟੀ ਕੋਲ ਜਗਰਾਜ ਸਿੰਘ ਵਗੈਰਾ ਕੋਲ ਚੰਦ ਸਿੰਘ ਵਗੈਰਾ ਕੋਲ ਇਹ ਕਹਿੰਦੇ ਵੀ ਤੁਸੀਂ ਇਹ ਕਬਜ਼ਾ ਆਪਣਾ ਸ਼ੁਰੂ ਕਰਦੇ ਹੋ ਫਿਰ ਇਸ ਸੰਬੰਧੀ ਦੋਨਾਂ ਵੱਲੋਂ ਪਰਚਾ ਹੋ ਗਿਆ ਪੁਲਿਸ ਵੱਲੋਂ ਜਿਵੇਂ ਧਰਨਾ ਦਿੱਤਾ ਗਿਆ ਲੋਕਾਂ ਵੱਲੋਂ ਪੁਲਿਸ ਵੱਲੋਂ ਵੀ ਅਪਰੋਚ ਕਰਕੇ ਇਹਨਾਂ ਨੂੰ ਧਰਨਾ ਉਠਾਉਣ ਦੀ ਕੋਈ ਕੋਸ਼ਿਸ਼ ਕੀਤੀ ਇਹਨਾਂ ਨੂੰ ਬੁਲਾ ਰਹੇ ਹਾਂ ਜੀ ਇਹਨਾਂ ਦੇ ਸੁਣਦੇ ਹਾਂ ਸੈਟਿਸਫੈਕਸ਼ਨ ਕਰਵਾਉਂਦੇ ਹਾਂ ਜਿਵੇਂ ਵੀ ਕਰਦੇ ਜੀ ਉਹ ਲੋਕ ਜਿਹੜੇ ਬਾਹਰ ਬੈਠੇ ਨੇ ਸ਼ਰਿਆਮ ਮਤਲਬ ਇੱਕ ਤੁਹਾਡੇ ਨੂੰ ਇਲਜ਼ਾਮ ਲਗਾ ਰਹੇ ਨੇ ਵੀ ਇਹਨਾਂ ਨੇ ਜਿਹੜਾ ਹੈਗਾ ਵੀ ਇੱਕ ਪਾਸੇ ਦਾ ਪਰਚਾ ਕੀਤਾ ਗਿਆ ਜਾਂ ਮਤਲਬ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਵਾਰ ਵਾਰ ਇਹਨਾਂ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਜੀ ਕਰੋਸ ਦਾ ਪਰਚਾ ਬਿਲਕੁਲ ਕਰੋਸ ਕੋਈ ਕਿਸੇ ਵੀ ਪੱਖਪਾਤ ਨਹੀਂ ਕੀਤਾ ਗਿਆ ਨਿਹਾਲ ਸਿੰਘ ਵਾਲਾ ਤੋਂ ਜਗਤ ਸੇਵਕ ਵੈਬ TV ਲਈ ਪ੍ਰਦੀਪ ਢਿੱਲੋਂ ਦੀ ਰਿਪੋਰਟ।